वेलकम स्टूडेंट्स, सब तो पहला आप सब नू मेरे वालों प्यार भरी सत श्री अकाल। अज असी 10th क्लास के NTSE के पेपर की तैयारी के लिए 2019 का जिहड़ा पेपर आया सी उहदे विच्चों मैथ का जिहड़ा पार्ट है उहनू करांगे सोल्व। पर इस नू सोल्व करन तो पहला जेकर तुसी चैनल ते नवे हो या अजे तक इस नू सबसक्राइब नहीं किया तो इसनों हुणे सबसक्राइब कर लो ताकि साड़ियां सारियां लेटेस्ट वीडियोज़ दे नोटिफिकेशनस तुहानू जल्द तो जल्द मिल सकन। तो चलो शुरू करते हैं फिर फस्ट क्वेश्चन दे नाल। हाँ जी, समीकरणा एक्स इज़ इक्वल्स टू जीरो एंड एक्स इज़ इक्वल्स टू -3/4 का डैश है, एक हल, दो हल, अणगिणत हल या फिर कोई हल नहीं। हाँ जी, इहदे लई आपां डायग्राम बनाउंदे आ तां तुहानू ज़्यादा क्लीयर हो जाएगा। हाँ जी, आ अपने कोल हुंदियां ने एक्सेस, यह एक्स एक्स डैश ते ए हुंदी आ अपने कोल वाई वाई डैश। ते एक्स इज इक्वल टू जीरो का मतलब है वाई एक्सेस, क्योंकि वाई एक्सेस सारी दे उपर एक्स जीरो हुंदा है। सो एक्स इज इक्वल टू जीरो हो गई आ वाली लाइन अपने कोल वाई एक्सेस। ते एक्स इज इक्वल टू -3/4, इतों -3/4 जिथे भी कित होएगा उहदे विचों पास करन वाली लाइन होएगी। ਤਾਂ ਇਹਦਾ ਮਤਲਬ ਇਹ ਲਾਈਨਸ ਤਾਂ ਨੇ ਸਮਾਂਤਰ, ਇਹ ਨੇ ਪੈਰਲਲ। ਅਤੇ ਜੇਕਰ ਲਾਈਨਸ ਪੈਰਲਲ ਹੋਣ ਤਾਂ ਉਹ ਕਦੇ ਵੀ ਨਹੀਂ ਕੱਟਦੀਆਂ, ਇਟ ਮੀਨਸ ਉਹਨਾਂ ਦਾ ਕੋਈ ਵੀ ਸਲਿਊਸ਼ਨ ਆਪਾਂ ਨੂੰ ਨਹੀਂ ਮਿਲੇਗਾ, ਕੋਈ ਵੀ ਹੱਲ ਨਹੀਂ ਆਉਣਾ ਕਿਉਂਕਿ ਲਾਈਨਸ ਕੱਟ ਹੀ ਨਹੀਂ ਰਹੀਆਂ। ਸੋ ਕੋਈ ਹੱਲ ਨਹੀਂ ਇਸਦਾ ਬਣੇਗਾ ਆਨਸਰ ਆਪਣੇ ਕੋਲ। ਹਾਂਜੀ, ਆਉਂਦੇ ਹਾਂ ਨੈਕਸਟ ਕੁਸ਼ਚਨ 'ਤੇ। ਫਿਰ ਆਪਾਂ ਕਹਿੰਦਾ ਏ ਅਤੇ ਬੀ ਆ ਜਿਹੜਾ ਪੁਆਇੰਟ ਹੈ ਇਹ ਇਹਨਾਂ ਦੋ ਪੁਆਇੰਟਸ ਤੋਂ ਇਕੁਅਲ ਡਿਸਟੈਂਸ 'ਤੇ ਹੈ, ਇਕੁਅਲ ਡਿਸਟੈਂਟ ਹੈ ਯਾਨੀ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਠੀਕ ਹੋਏਗਾ। ਹੁਣ ਇਹ ਹੈ 7th ਚੈਪਟਰ ਦਾ ਕੁਸ਼ਚਨ ਜੋ ਕਿ ਹੈ ਕੋਆਰਡੀਨੇਟ ਜਿਓਮੈਟਰੀ, ਅਤੇ ਉਹਦੇ ਅਕੋਰਡਿੰਗ ਹੁਣ ਇਹ ਹੈ ਜਿਹੜਾ ਪੁਆਇੰਟ ਇਹਨਾਂ ਦੋਨਾਂ ਪੁਆਇੰਟਸ ਤੋਂ ਇਕੁਅਲ ਡਿਸਟੈਂਸ 'ਤੇ, ਇਟ ਮੀਨਸ ਇਹਦਾ ਇਹਦੇ ਨਾਲ ਜਿਹੜਾ ਡਿਸਟੈਂਸ ਹੈ ਉਹ ਇਕੁਅਲ ਰੱਖਾਂਗੇ ਇਸ ਪੁਆਇੰਟ ਦਾ ਇਸ ਪੁਆਇੰਟ ਦੇ ਨਾਲ ਡਿਸਟੈਂਸ, ਯਾਨੀ ਕਿ ਡਿਸਟੈਂਸ ਫਾਰਮੂਲਾ ਆਪਾਂ ਅਪਲਾਈ ਕਰਾਂਗੇ। ਸੋ ਜੇਕਰ ਇਹਨੂੰ ਆਪਾਂ ਏ ਬੀ ਅਤੇ ਸੀ ਲੈ ਲਈਏ ਤਾਂ ਆਪਣੇ ਕੋਲ ਹੈ ਏ ਬੀ ਇਜ਼ ਇਕੁਅਲਸ ਟੂ ਏ ਸੀ। ਹੁਣ ਡਿਸਟੈਂਸ ਫਾਰਮੂਲਾ ਦੇ ਅਕੋਰਡਿੰਗ ਡਿਸਟੈਂਸ ਫਾਰਮੂਲਾ ਹੁੰਦਾ ਆਪਣੇ ਕੋਲ ਐਕਸ ਟੂ ਮਾਈਨਸ ਐਕਸ ਵਨ ਉਸਦਾ ਸਕੁਅਰ ਪਲੱਸ ਵਾਈ ਟੂ ਮਾਈਨਸ ਵਾਈ ਵਨ ਉਸਦਾ ਸਕੁਅਰ ਅਤੇ ਉਹਦਾ ਰੂਟ। ਕਿਉਂਕਿ ਇਹ ਆਪਸ 'ਚ ਇਕੁਅਲ ਨੇ ਤਾਂ ਇਹਨਾਂ ਦੇ ਆਪਾਂ ਰੂਟ ਲੈਣ ਦੀ ਬਜਾਏ ਸਕੇਅਰ ਵੀ ਇਕੁਅਲ ਕਰ ਸਕਦੇ ਹਾਂ। ਸੋ ਏ ਬੀ ਦਾ ਸਕੇਅਰ ਹੋਏਗਾ ਏ ਸੀ ਦੇ ਸਕੇਅਰ ਦੇ ਇਕੁਅਲ। ਸੋ ਆਪਾਂ ਆਹ ਰੂਟ ਵਾਲਾ ਪਾਰਟ ਛੱਡ ਦਾਂਗੇ ਕਿਉਂਕਿ ਆਪਾਂ ਸਕੇਅਰ ਕਰ ਲਏ ਇਹਨਾਂ ਦੇ। ਸੋ ਲਗਾਉਂਦੇ ਹਾਂ ਫਾਰਮੂਲਾ ਉਸਦੇ ਅਕੋਰਡਿੰਗ, ਐਕਸ ਪਲੱਸ ਵਾਈ ਮਾਈਨਸ ਆਹ ਏ, ਦੋਨਾਂ ਦੇ ਐਕਸ ਕੋਆਰਡੀਨੇਟਸ ਦਾ ਡਿਫਰੈਂਸ ਉਹਦਾ ਸਕੇਅਰ ਪਲੱਸ ਦੋਨੋ ਪੁਆਇੰਟਸ ਦੇ ਵਾਈ ਕੋਆਰਡੀਨੇਟਸ ਜੋ ਕਿ ਨੇ ਵਾਈ ਮਾਈਨਸ ਐਕਸ, ਇਹਦਾ ਵਾਈ ਕੋਆਰਡੀਨੇਟ ਹੈ, ਉਹਦੇ 'ਚੋਂ ਇਹਦਾ ਵਾਈ ਕੋਆਰਡੀਨੇਟ ਸਬਟ੍ਰੈਕਟ ਕਰਾਂਗੇ ਜੋ ਕਿ ਬੀ ਹੈ ਉਸਦਾ ਸਕੇਅਰ। ਇਹ ਆਪਣੇ ਕੋਲ ਬਣ ਗਿਆ ਇੱਕ ਸਾਈਡ 'ਤੇ ਏ ਬੀ ਸਕੁਅਰ ਦੀ ਵੈਲਿਊ ਅਤੇ ਦੂਜੇ ਪਾਸੇ ਹੁਣ ਏ ਸੀ ਸਕੁਅਰ ਦੀ ਵੈਲਿਊ। ਸੀ ਦਾ ਐਕਸ ਕੋਆਰਡੀਨੇਟ ਹੈ ਐਕਸ ਮਾਈਨਸ ਵਾਈ, ਉਹਦੇ ਵਿੱਚੋਂ ਏ ਦਾ ਐਕਸ ਕੋਆਰਡੀਨੇਟ ਏ ਸਬਟ੍ਰੈਕਟ ਕਰਕੇ ਉਸਦਾ ਸਕੁਅਰ ਕਰਾਂਗੇ ਪਲੱਸ ਇਸੇ ਤਰ੍ਹਾਂ ਸੀ ਦਾ ਵਾਈ ਕੋਆਰਡੀਨੇਟ ਹੈ ਐਕਸ ਪਲੱਸ ਵਾਈ, ਉਹਦੇ ਵਿੱਚੋਂ ਏ ਦਾ ਵਾਈ ਕੋਆਰਡੀਨੇਟ ਬੀ ਸਬਟ੍ਰੈਕਟ ਕਰਕੇ ਉਸਦਾ ਕਰਾਂਗੇ ਸਕੁਅਰ। ਹਾਂਜੀ, ਹੁਣ ਇਹਦੇ ਵਿੱਚ ਆਪਾਂ ਇਸ ਚੀਜ਼ ਨੂੰ ਇੱਕ ਸਮਝਦੇ ਹਾਂ, ਇਸ ਨੂੰ ਸਮਝਦੇ ਹਾਂ ਸੈਕਿੰਡ ਟਰਮ, ਆ ਫਸਟ ਆ ਸੈਕਿੰਡ, ਇਸੇ ਤਰ੍ਹਾਂ ਹਰੇਕ ਬ੍ਰੈਕਟ 'ਚ ਇਹਨੂੰ ਵੀ ਫਸਟ ਇਕੱਠੇ ਨੂੰ ਇਹਨੂੰ ਆਪਾਂ ਸੈਕਿੰਡ ਮੰਨ ਲੈਂਦੇ ਹਾਂ, ਇਹਦੇ ਵਿੱਚੋਂ ਇਹਨੂੰ ਫਸਟ ਮੰਨ ਲੈਂਦੇ ਹਾਂ, ਇਹਨੂੰ ਸੈਕਿੰਡ, ਅਤੇ ਇਹਦੇ ਵਿੱਚੋਂ ਇਹਨੂੰ ਫਸਟ, ਇਹਨੂੰ ਸੈਕਿੰਡ। ਤਾਂ ਆਪਾਂ ਇਹਦੇ ਉੱਤੇ ਏ ਮਾਈਨਸ ਬੀ ਦੇ ਸਕੁਅਰ ਦਾ ਫਾਰਮੂਲਾ ਅਪਲਾਈ ਕਰ ਸਕਦੇ ਹਾਂ। ਸੋ ਉਸਦੇ ਅਕੋਰਡਿੰਗ ਆਪਾਂ ਨੂੰ ਕੀ ਮਿਲੇਗਾ, ਏ ਦਾ ਸਕੁਅਰ ਯਾਨੀ ਐਕਸ ਪਲੱਸ ਵਾਈ ਦਾ ਸਕੁਅਰ ਏ ਸਕੁਅਰ ਵਿਚਕਾਰ ਹੈ ਮਾਈਨਸ, ਪਲੱਸ ਬੀ ਸਕੇਅਰ, ਬੀ ਹੈ ਇੱਥੇ ਏ ਤਾਂ ਉਸਦਾ ਸਕੇਅਰ, ਮਾਈਨਸ ਟੂ ਏ ਬੀ, ਟੂ ਇੰਟੂ ਏ ਬੀ ਕਰਾਂਗੇ ਤਾਂ ਏ ਨਾਲ ਐਕਸ ਪਲੱਸ ਵਾਈ। ਸੋ ਆਹ ਓਪਨ ਹੋ ਗਿਆ ਆਪਣੇ ਕੋਲ, ਜਾਂ ਫਿਰ ਤੁਸੀਂ ਇਹਦੇ ਉੱਤੇ ਏ ਪਲੱਸ ਬੀ ਪਲੱਸ ਸੀ ਦੇ ਹੋਲ ਸਕੇਅਰ ਦਾ ਫਾਰਮੂਲਾ ਵੀ ਲਗਾ ਸਕਦੇ ਹੋ, ਉਹਦੇ 'ਚ ਟਰਮਸ ਆਪਣੇ ਕੋਲ ਕਾਫੀ ਆ ਜਾਣਗੀਆਂ, ਤਾਂ ਕਰਕੇ ਮੈਂ ਆਹ ਵਾਲਾ ਯੂਜ਼ ਕਰਦਾ ਪਿਆ ਫਾਰਮੂਲਾ। ਸੋ ਇੱਕ ਦੇ ਉੱਤੇ ਲੱਗ ਗਿਆ, ਦੂਜੀ 'ਤੇ ਲਗਾਉਂਦੇ ਹਾਂ ਪਲੱਸ। ਹਾਂਜੀ, ਇਹ ਬਣ ਜਾਏਗਾ ਆਪਣੇ ਕੋਲ ਵਾਈ ਮਾਈਨਸ ਐਕਸ ਦਾ ਸਕੇਅਰ ਪਲੱਸ ਬੀ ਸਕੇਅਰ, ਫਿਰ ਇੱਥੇ ਮਾਈਨਸ ਹੈ ਸੋ ਮਾਈਨਸ ਵਾਲਾ ਫਾਰਮੂਲਾ ਲੱਗਣਾ, ਟੂ ਏ ਬੀ, ਟੂ ਏ ਆਹ ਆ, ਬੀ ਆਹ ਆ, ਸੋ ਇਹ ਆ ਗਿਆ ਆਪਣੇ ਕੋਲ ਇਸ ਤਰ੍ਹਾਂ। ਹਾਂਜੀ, ਇੱਕ ਸਾਈਡ ਵਾਲੀਆਂ ਟਰਮਸ ਹੋ ਗਈਆਂ ਇਕੁਅਲ ਟੂ, ਦੂਜੀ ਸਾਈਡ 'ਤੇ ਫਿਰ ਇਹੀ ਫਾਰਮੂਲਾ ਦੇ ਅਕੋਰਡਿੰਗ ਐਕਸ ਮਾਈਨਸ ਵਾਈ ਦਾ ਸਕੇਅਰ
प्लस ए का स्क्वेयर ते विचकार है माइनस, सो माइनस टू ए बी लगेगा, माइनस टू आ जाएगा नाल ए, ए नाल आह ब्रैकेट वाली टर्म एक्स माइनस वाई, तो उस तो बाद ये ते भी सेम फार्मूला प्लस एक्स प्लस वाई का स्क्वेयर प्लस बी स्क्वेयर माइनस टू आ नाल बी नाल एक्स प्लस वाई, तो ए आ गया अपने कोल। हाँ जी हुण आपां देखते हाँ कि इक्को जिहियां टर्म्स किहड़ियां ने, दोनों पासे उन्होंने कटते हाँ, एक्स प्लस वाई का स्क्वेयर यह कट हो जाएगा इस दे नाल एक्स प्लस वाई दे स्क्वेयर दे नाल, ए स्क्वेयर इधर है, ए स्क्वेयर उधर भी है, ये कट हो जाएगा, बी स्क्वेयर इधर है, बी स्क्वेयर उधर भी है, ये भी कट हो जाएगा। उस तो बिना आ पे एक्स वाई माइनस एक्स, इधर है एक्स माइनस वाई, क्योंकि इन्हों के स्क्वेयर्स ने तो यह दोनों अपन सेम रिजल्ट देंगे जेकर फॉर्मूला लगा के ओपन करा इन्हों, सो ये भी इक्वल होणगियां, ये भी कट सकते हैं अपन दोनों पासे। हुण अपने कोल की बचिया, एक माइनस टू ए एक्स प्लस वाई, उधर है माइनस टू ए एक्स माइनस वाई, इधर माइनस टू बी वाई माइनस एक्स, उधर है माइनस टू बी एक्स प्लस वाई, ये बचियां चार टर्म्स इन्हों लिखते हैं। सो माइनस टू ए एक्स प्लस वाई माइनस टू बी वाई माइनस एक्स, तो दूजे पासे माइनस टू ए एक्स माइनस वाई, तो नाल आ जाएगा अपने कोल माइनस टू बी एक्स प्लस वाई। हुण इन्हां नूं ओपन करदे हां ब्रैकेट्स नूं, तां अपने कोल आ जाएगा इस साइड ते माइनस टू ए एक्स माइनस टू ए वाई माइनस टू बी वाई ते प्लस टू बी एक्स, ते दूजी साइड ते की आएगा अपने कोल। हाँ जी उहदे लई मैं अलग कलर यूज़ कर लैंदा तां कि पिछली टर्म दे नाल कन्फ्यूजन ना होवे। हाँ जी उधर आएगा अपने कोल माइनस टू ए एक्स प्लस टू ए वाई, फिर माइनस टू बी एक्स माइनस टू बी वाई, आ गई अपने कोल टर्म्स। हुण माइनस टू ए एक्स माइनस टू ए एक्स ये कट्टियां जाणगियां, इस तो बिना माइनस टू ए वाई उधर प्लस टू ए वाई ये नहीं कट हो सकदियां, माइनस टू बी वाई उधर भी माइनस टू बी वाई ये भी कट हो जाणगियां, तां अपने कोल बचे इधर टू ए वाई उधर टू ए वाई, इधर माइनस उधर प्लस, इधर प्लस दे टू बी एक्स उधर माइनस दे टू बी एक्स, सो बी वालियां टर्म्स एक साइड ते ए वालियां एक साइड ते करदे हां, तां अपने कोल की आएगा मैं इत्थे लिख लैंदा टू बी एक्स, आह माइनस दा टू बी एक्स इधर आ जाएगा, तां इह आ जाएगा नाल प्लस टू बी एक्स, ते दूजी साइड ते टू ए वाई, तो आ जड़ा टू ए वाई है ये भी जाके प्लस का हो जाएगा प्लस टू ए वाई। हाँ जी फोर बी एक्स इज इक्वल टू फोर बी वाई, तो फोर नाल फोर कट्टिया गया, सॉरी इतने बी की जगह ए है फोर ए वाई, सो बी एक्स इज इक्वल टू ए वाई बचे आखीर दे विच अपने कोल ए बनेगा अपने कोल आंसर ए वाई इज इक्वल टू बी एक्स, ए वाई इज इक्वल टू बी एक्स, सो पहली ऑप्शन इस दे लई करैक्ट ऑप्शन बनेगी। हाँ जी अगे आने हूँ आप थर्ड क्वेश्चन, तो एक शहर ए तो बी तक जाने का रस्ता शहर सी चो होकर जाता है, ए सी लंब है सी बी, तो डायग्राम बनाने आप। हाँ जी इस तरह ए सी सी बी एक दूजे नूं परपेंडिकुलर ने, तो यह है शहर ए, यह शहर बी, जाना आप सी दे विच्चों दी, ए सी है दो एक्स किलोमीटर, तो बी सी है टू दे नाल एक्स प्लस सैवन इन्ने किलोमीटर, कहिंदा शहर ए ते शहर बी नूं सीधे जोड़न दे लई 26 किलोमीटर लंबा रस्ता बनाया जाना है, तो जेकर ए ते बी नूं आपां सीधे जोड़दे हां तां ये रस्ता होएगा 26 किलोमीटर लंबा। पता करो कि राजमार्ग बनन तो बाद शहर बी तो शहर ए तक जाने लई किन्नी दूरी घट तय करनी पवेगी, सो आपां पता करना है कि जिहड़े आपां इधरों दी घूम के जाइए तां जिहड़ी दूरी है ते आ जिहड़ी दूरी है इन्हां दा फर्क की है, सो वो देखदे हां आपां। सब तो पहला तो यह एक राइट ट्रैंगल है यानी कि एक समकोणी त्रिभुज है, सो इहदे विच पाइथागोरस थ्योरम अप्लाई कर सकते हैं, उस दे अकॉर्डिंग इसका स्केयर यानी हाइपोटेन्यूज का स्केयर एक साइड पर, इन दोनों के स्केयर का सम एक साइड पर,
टू एक्स का स्क्वेयर प्लस टू इंटू एक्स प्लस सैवन उसका स्क्वेयर इक्वल टू 26 का स्क्वेयर। हाँ जी, सो ये आ गया अपने को फोर एक्स स्क्वेयर प्लस टू का स्क्वेयर हो जाएगा फोर नाल एक्स प्लस सैवन का स्क्वेयर इक्वल टू 26 का स्क्वेयर यानी 676 आ जाएगा अपने को। इस तो बाद इतने ये फोर एक्स स्क्वेयर प्लस फोर नाल ए प्लस बी के स्क्वेयर का फॉर्मूला लगेगा ए स्क्वेयर प्लस बी स्क्वेयर प्लस टू ए बी यानी कि नाल 14x इज इक्वल टू 676। तो फिर फरदर यू लिख सकते हैं आप फोर एक्स स्क्वेयर प्लस ब्रैकेट ओपन करा तो फोर एक्स स्क्वेयर प्लस 196 प्लस 56x इक्वल टू 676। तो यह बन जाएगा अपने को 8x स्क्वेयर प्लस 56x आ 676 इधर लियावे माइनस ही हो जाएंगे इन्हों का डिफरेंस लवेंगे तो अपने को आ जाएगा माइनस का 480 इक्वल टू जीरो। हाँ जी, हम ये सारे नूं 8 ते डिवाइड कर सकते हैं सो एक्स स्क्वेयर प्लस 7x माइनस 60 इक्वल टू जीरो। सो ये फैक्टर बनाने आप एक्स स्क्वेयर प्लस हाँ जी 12 ते 5 यूज़ करन लगे आप उन्हां तो 7 भी मिल जाएगा सो 12x माइनस 5x माइनस 60 इक्वल टू जीरो। एक्स एक्स प्लस 12 एचो माइनस 5 कॉमन एक्स प्लस 12 इक्वल टू जीरो। सो एक्स माइनस 5 ते एक्स प्लस 12 इक्वल टू जीरो। सो एक्स दियां वैल्यूज आ जाएंगियां 5 ते माइनस 12 इन्हां चो जेकर आपां इच माइनस दी वैल्यू भरांगे तां माइनस दे विच डिस्टेंस आ जाएगा सो जो कि पॉसिबल नहीं है। सो 5 आएगी एक्स दी वैल्यू ते उत्थों अपने कोल ए सी किन्ना आ जाएगा फिर। हाँ जी, ए सी आ जाएगा फिर उस केस दे विच 5 दूनी 10 किलोमीटर। तो बी सी किन्ना आ जाएगा फिर 5 इत्थे भरांगे 5 ते 7 12 दूनी 24 किलोमीटर। इन्हां दोनों तो टोटल हो गया अपने कोल 34 किलोमीटर। तो हुण जे डायरैक्ट रस्ता बन जाएगा तो किन्ना घट दूरी है जिहड़ी वह तय करनी पएगी 34 चो 26 नूं घटा के 8 किलोमीटर इसका आंसर बनेगा जो कि पे है तीजी ऑप्शन दे विच। हाँ जी, अगे आने फोर्थ क्वेश्चन ते कोई क्वाड्रिलेटर है उहदे विच एंगल बी 90 डिग्री दिता होया सी माइनस डी की वैल्यू दिती हुई है ए माइनस सी माइनस डी दिता होया 10 डिग्री तो सब तो छोटा कोण किन्ने मेजर का होएगा यह पूछा हुआ है। हाँ जी, अपने को चार कोण होंगे ने एंगल ए प्लस एंगल बी प्लस एंगल सी प्लस एंगल डी होएगा अपने को 360 डिग्री। एंगल बी है 90 डिग्री इन उधर जाके घटा देंगे तो अपने को एंगल ए प्लस एंगल सी प्लस एंगल डी आ जाएगा 270 डिग्री। तिना का सम 270 डिग्री है। इस तो बाद आ जो दिता हुआ रिलेशन ए सी डी का इनू यूज़ करा एंगल ए माइनस एंगल सी माइनस एंगल डी तो यह है 10 डिग्री के इक्वल। सो इतों इन्हों ऐड करा तो सी प्लस का माइनस का डी प्लस का माइनस का कट्टे जाएंगे 2 एंगल ए आ जाएगा अपने को 280 डिग्री। तो इतों यदि कटिंग हो जाएगी तो 140 डिग्री मिल जाएगा अपन एंगल ए। एंगल ए आ गया 140 डिग्री। हुण एंगल ए दी वैल्यू आ चुकी है। एंगल ए दी वैल्यू आपां ए प्लस सी प्लस डी दे विच भर दिए तो उत्थों आ जाएगा अपने कोल 140 डिग्री प्लस एंगल सी प्लस एंगल डी इक्वल टू 270 डिग्री। तो 140 डिग्री उधर जाके घट जाएगा इस चों तो एंगल सी प्लस एंगल डी मिल जाएगा अपने कोल 130 डिग्री। तो सी माइनस डी दी वैल्यू 60 डिग्री दिती हुई है। एंगल सी माइनस एंगल डी 60 डिग्री। तो इनू सोल्व करते हैं तो आ कट्टे गए 2 एंगल सी इज इक्वल्स टू ए आ गया अपने को 190 डिग्री। तो एंगल सी आ जाएगा आ दो दी ते दी कटिंग हो जाएगी 90 180 ते हाँ जी 5 होर नाल सो 95 डिग्री आ जाएगी सी दी वैल्यू। सो बी दिता हुआ सी ए आ चुका है सी आ चुका है हुण रह गया डी। डी कढ़न दे लई आपां इहदे विच सी दी वैल्यू भरदे हां 95 डिग्री। सो 95 डिग्री प्लस एंगल डी इक्वल टू 130
ਅਤੇ ਐਂਗਲ ਡੀ ਆ ਜਾਏਗਾ 130 ਡਿਗਰੀ ਮਾਈਨਸ 95 ਡਿਗਰੀ, ਤਾਂ ਆ ਗਿਆ ਇਹ 35 ਡਿਗਰੀ। ਸੋ ਸਾਰਿਆਂ 'ਚੋਂ ਸਭ ਤੋਂ ਛੋਟਾ ਐਂਗਲ ਡੀ ਆ ਰਿਹਾ ਜੋ ਕਿ 35 ਡਿਗਰੀ ਦਾ ਹੈ, ਅਤੇ 35 ਡਿਗਰੀ ਦਾ ਮਤਲਬ ਆਪਣੀ ਪਹਿਲੀ ਆਪਸ਼ਨ ਕਰੈਕਟ ਆਪਸ਼ਨ ਹੋਏਗੀ। ਹਾਂਜੀ ਅੱਗੇ ਆਉਂਦੇ ਹਾਂ 145th ਕੁਸ਼ਚਨ 'ਤੇ। ਇੱਕ ਨੈਚੁਰਲ ਨੰਬਰ ਹੈ ਉਹ ਪਤਾ ਕਰਨਾ ਹੈ ਜਿਸਦੇ ਵਰਗ ਵਿੱਚੋਂ 84 ਘਟਾਉਣ 'ਤੇ ਪ੍ਰਾਪਤ ਸੰਖਿਆ ਦਿੱਤੀ ਸੰਖਿਆ ਵਿੱਚ 8 ਜੋੜ ਕੇ ਇਸਦੇ ਤਿਗੁਣੇ ਦੇ ਬਰਾਬਰ ਹੋਵੇਗੀ। ਹਾਂਜੀ ਕੰਡੀਸ਼ਨ ਦਾ ਧਿਆਨ ਰੱਖਣਾ, ਪਹਿਲਾਂ ਤਾਂ ਜਿਹੜੀ ਸੰਖਿਆ ਪਤਾ ਕਰਨੀ ਆ ਉਹ ਆਪਾਂ ਐਕਸ ਮੰਨ ਲਾਂਗੇ ਜਿਸਦੇ ਵਰਗ ਵਿੱਚੋਂ। ਹਾਂਜੀ ਹੁਣ ਇਸਦਾ ਸਕੇਅਰ ਹੋ ਗਿਆ 84 ਘਟਾਉਣ 'ਤੇ, ਇਹ 'ਚੋਂ 84 ਘਟਾ ਦਈਏ ਤਾਂ ਪ੍ਰਾਪਤ ਸੰਖਿਆ ਜੋ ਮਿਲ ਜਾਏਗਾ, ਦਿੱਤੀ ਗਈ ਸੰਖਿਆ ਵਿੱਚ 8 ਜੋੜ ਕੇ, ਵਿੱਚ 8 ਜੋੜ 'ਤੇ ਆਹ ਦਾ 3 ਗੁਣਾ, ਯਾਨੀ ਕਿ ਗੁਣਾ 3 ਇਹਦੇ ਬਰਾਬਰ ਕਿਹਾ ਗਿਆ ਹੈ ਆਪਾਂ ਨੂੰ। ਅਤੇ ਇਹਨੂੰ ਸੋਲਵ ਕਰਕੇ ਆਪਾਂ ਐਕਸ ਲੱਭਣਾ ਇਹ 'ਚੋਂ। ਸੋ ਐਕਸ ਸਕੇਅਰ ਮਾਈਨਸ 84, ਦੂਜੀ ਸਾਈਡ 'ਤੇ 3x ਪਲੱਸ 24, ਇਹਨਾਂ ਨੂੰ ਇੱਧਰ ਲਿਆਵਾਂਗੇ। ਸੋ ਐਕਸ ਸਕੇਅਰ ਮਾਈਨਸ 3x ਮਾਈਨਸ 84 ਮਾਈਨਸ 24 ਇਕੁਅਲ ਟੂ 0। ਸੋ ਐਕਸ ਸਕੇਅਰ ਮਾਈਨਸ 3x ਮਾਈਨਸ, ਹਾਂਜੀ ਇਹਨਾਂ ਤੋਂ ਬਣ ਗਿਆ ਆਪਣੇ ਕੋਲ 108 ਇਕੁਅਲ ਟੂ 0। ਹੁਣ ਇਹਨੂੰ ਫੈਕਟਰਾਈਜ਼ ਕਰਦੇ ਹਾਂ, 12 ਅਤੇ 9 ਇਸਦੇ ਫੈਕਟਰ ਬਣ ਸਕਦੇ, ਜਿੱਥੋਂ 3 ਵੀ ਮਿਲ ਸਕਦਾ, 12 ਨਾਲ 108 ਹੁੰਦਾ ਹੈ। ਸੋ ਐਕਸ ਸਕੇਅਰ ਮਾਈਨਸ 12 ਮਾਈਨਸ 9 ਐਕਸ ਮਾਈਨਸ 108 ਇਕੁਅਲ ਟੂ 0। ਸੋ ਐਕਸ ਸਕੇਅਰ ਬ੍ਰੈਕਟ ਓਪਨ ਕਰਾਂਗੇ ਮਾਈਨਸ 12x ਪਲੱਸ 9x, ਆ ਸਾਈਨ ਚੇਂਜ ਹੋਣਾ ਹੈ ਯਾਦ ਰੱਖਣਾ ਹੈ, ਮਾਈਨਸ 108 ਇਕੁਅਲ ਟੂ 0। ਪਹਿਲਿਆਂ 'ਚੋਂ ਐਕਸ ਕੋਮਨ ਐਕਸ ਮਾਈਨਸ 12, ਪਿਛਲਿਆਂ 'ਚੋਂ 9 ਕੋਮਨ ਐਕਸ ਮਾਈਨਸ 12 ਇਕੁਅਲ ਟੂ 0। ਸੋ ਐਕਸ ਪਲੱਸ 9 ਅਤੇ ਐਕਸ ਮਾਈਨਸ 12 ਇਕੁਅਲ ਟੂ 0, ਇੱਥੋਂ ਐਕਸ ਦੀਆਂ ਦੋ ਵੈਲਿਊਜ਼ ਆਉਣਗੀਆਂ ਜਦੋਂ 0 ਦੇ ਨਾਲ ਇਕੁਏਟ ਕਰਾਂਗੇ, ਮਾਈਨਸ 9 ਅਤੇ 12। ਅਤੇ ਉਹਨੇ ਕਿਹਾ ਸੀ ਪ੍ਰਕਿਰਤਿਕ ਸੰਖਿਆ, ਤਾਂ ਇਹਨਾਂ 'ਚੋਂ ਪ੍ਰਕਿਰਤਿਕ ਤਾਂ 12 ਹੀ ਆ ਰਹੀ ਹੈ, ਮਾਈਨਸ 9 ਤਾਂ ਆ ਨਹੀਂ ਸਕਦੀ ਕਿਉਂਕਿ ਉਹ ਪ੍ਰਕਿਰਤਿਕ ਨਹੀਂ ਹੈ। ਸੋ 12 ਯਾਨੀ ਕਿ ਦੂਜੀ ਆਪਸ਼ਨ ਇਸਦੇ ਲਈ ਕਰੈਕਟ ਆਪਸ਼ਨ ਬਣੇਗੀ। ਹਾਂਜੀ ਅੱਗੇ ਆਉਂਦੇ ਹਾਂ 46th ਕੁਸ਼ਚਨ 'ਤੇ। 146 AP ਦਾ ਸਾਂਝਾ ਅੰਤਰ ਪਤਾ ਕਰੋ, ਡੀ ਪਤਾ ਕਰਨੀ ਹੈ ਆਪਾਂ। ਪਹਿਲਾ ਪਦ 1 ਹੈ, ਏ ਦੀ ਵੈਲਿਊ 1 ਦਿੱਤੀ ਹੋਈ ਹੈ। ਪਹਿਲੇ 4 ਪਦਾਂ ਦਾ ਜੋੜ ਫਲ ਯਾਨੀ ਕਿ ਏ ਪਲੱਸ ਡੀ ਆ ਦੂਜਾ ਪਦ, ਏ ਪਲੱਸ 2D ਆ ਥਰਡ ਟਰਮ, ਪਲੱਸ ਏ ਪਲੱਸ 3D ਆ ਫੋਰਥ ਟਰਮ। ਕਹਿੰਦਾ ਇਹਨਾਂ ਦਾ ਜਿਹੜਾ ਜੋੜ ਹੈ ਉਹ ਅਗਲੇ 4 ਪਦਾਂ ਦੇ ਜੋੜ ਫਲ ਦਾ 1/3 ਯਾਨੀ ਕਿ 1/3 ਹੈ। ਇਹ ਬਰਾਬਰ ਕਿਹਦੇ ਹੈ, 1/3 ਆਫ ਅਗਲੇ 4। ਅਗਲੇ 4 'ਚ ਏ ਪਲੱਸ 4D ਪਲੱਸ ਏ ਪਲੱਸ 5D ਪਲੱਸ ਏ ਪਲੱਸ 6D ਅਤੇ ਏ ਪਲੱਸ 7D ਆ ਦਿੱਤਾ, ਇਹਦੇ ਵਿੱਚੋਂ ਆਪਾਂ ਡੀ ਕੱਢਣਾ। ਹਾਂਜੀ ਏ ਏ ਏ ਏ 4 ਏ ਪਲੱਸ ਡੀ 2 ਅਤੇ 1 3 ਅਤੇ 3 6 6D, ਅਤੇ ਦੂਜੇ ਪਾਸੇ 1/3 ਇੱਧਰ ਵੀ ਏ ਤਾਂ 4 ਹੀ ਆਉਣਗੇ, 4 ਏ ਪਲੱਸ, ਹਾਂਜੀ ਡੀ ਦੇਖਦੇ ਹਾਂ ਕਿੰਨੇ ਆਉਂਦੇ ਆ, 4 ਅਤੇ 5 9, 9 6 15, 15 ਅਤੇ 7 22D। ਆ 3 ਇੱਧਰ ਲਿਆ ਕੇ ਮਲਟੀਪਲਾਈ ਕਰਦੇ ਹਾਂ, 12 ਏ ਪਲੱਸ 18D ਇਕੁਅਲ ਟੂ 4 ਏ ਪਲੱਸ 22D। ਏ ਵਾਲੇ ਇੱਕ ਪਾਸੇ ਕਰਦੇ ਹਾਂ, ਸੋ ਸਬਟ੍ਰੈਕਟ ਕਰਕੇ 8 ਏ, ਦੂਜੇ ਪਾਸੇ 22 'ਚੋਂ ਆਹ 18 ਘਟਾ ਕੇ 4D। ਹਾਂਜੀ ਹੁਣ ਇਹਦੇ ਵਿੱਚ ਆਪਾਂ ਏ ਦੀ ਵੈਲਿਊ 1 ਦਿੱਤੀ ਹੋਈ ਹੈ ਉਹ ਭਰ ਦਾਂਗੇ, ਤਾਂ 8 ਇਜ਼ ਇਕੁਅਲਸ ਟੂ 4D ਆ ਜਾਏਗਾ, 4 ਅਤੇ ਇਹਦੀ ਕਟਿੰਗ 2, ਸੋ ਡੀ ਆ ਗਿਆ ਆਪਣੇ ਕੋਲ 2 ਜੋ ਕਿ ਪਿਆ ਪਹਿਲੀ ਆਪਸ਼ਨ ਦੇ ਵਿੱਚ। ਹਾਂਜੀ ਅੱਗੇ ਆਉਂਦੇ ਹਾਂ 47th ਕੁਸ਼ਚਨ 'ਤੇ। ਕਹਿੰਦੇ ਇੱਕ ਕਲਾਸ ਦੇ ਸਟੂਡੈਂਟਸ ਦਾ ਔਸਤ ਭਾਰ ਹੈ 52 kg, ਉਹਨਾਂ ਦੀ ਐਵਰੇਜ ਦਿੱਤੀ ਹੋਈ ਹੈ, ਸਾਰੇ ਸਟੂਡੈਂਟਸ ਦਾ ਜਿਹੜਾ ਮੀਨ ਵੇਟ ਹੈ ਉਹ ਦਿੱਤਾ ਹੋਇਆ ਹੈ, ਅਤੇ ਲੜਕਿਆਂ ਦਾ ਬੋਇਜ਼ ਦਾ ਜਿਹੜਾ ਮੀਨ ਵੇਟ ਹੈ ਉਹ ਦਿੱਤਾ ਹੋਇਆ ਆਪਣੇ ਕੋਲ 56 kg, ਅਤੇ ਉਸ ਤੋਂ ਬਾਅਦ ਲੜਕੀਆਂ ਦਾ ਜਿਹੜਾ ਦਿੱਤਾ ਹੋਇਆ ਹੈ ਮੀਨ ਵੇਟ ਉਹ ਦਿੱਤਾ ਹੋਇਆ ਹੈ ਆਪਣੇ ਕੋਲ 50 kg। ਤਾਂ ਕਹਿੰਦਾ ਕਲਾਸ ਦੇ ਵਿੱਚ ਬੋਇਜ਼ ਅਤੇ ਗਰਲਜ਼ ਦੀ ਗਿਣਤੀ ਦਾ ਅਨੁਪਾਤ ਪਤਾ ਕਰਨਾ ਹੈ, B:G ਹੈ ਜਿਹੜਾ ਉਹ ਆਪਾਂ ਪਤਾ ਕਰਨਾ ਹੈ। ਹਾਂਜੀ ਇਸ ਕੁਸ਼ਚਨ ਦੇ ਲਈ ਆਪਾਂ ਇਹਨੂੰ ਜਿਹੜੀਆਂ ਆਪਸ਼ਨਸ ਨੇ ਇਹਨਾਂ ਦੇ ਵਿੱਚੋਂ ਹੀ ਕਰਕੇ ਦੇਖਦੇ ਹਾਂ। ਫਸਟ ਆਪਸ਼ਨ ਨੂੰ ਲੈਂਦੇ ਹਾਂ, ਸਪੋਜ਼ ਆਪਾਂ 1:2 ਉਹਨਾਂ ਦਾ ਆਪਾਂ ਲੈ ਲੈਂਦੇ ਹਾਂ ਅਨੁਪਾਤ, ਤਾਂ
ਬੋਇਜ਼ ਦੀ ਕਾਊਂਟ ਹੋਏਗੀ ਉਹਨੂੰ 1x ਲੈ ਲਾਂਗੇ ਆਪਾਂ, ਅਤੇ ਗਰਲਜ਼ ਦੀ ਕਾਊਂਟ ਹੈ ਜਿਹੜੀ ਉਹ 2x ਹੋ ਜਾਏਗੀ ਇਸ ਰੇਸ਼ੋ ਦੇ ਅਕੋਰਡਿੰਗ। ਅਤੇ ਇੱਥੋਂ ਫਿਰ ਆਪਣੇ ਕੋਲ ਹੁਣ ਆਹ ਬੋਇਜ਼ ਦੀ ਕਾਊਂਟ ਹੋ ਗਈ, ਆਹ ਹੋ ਗਈ ਗਰਲਜ਼ ਦੀ ਕਾਊਂਟ, ਤਾਂ ਉਹਨਾਂ ਦਾ ਜਿਹੜਾ ਵੇਟ ਹੈ ਉਹ ਕੱਢ ਲਾਂਗੇ ਟੋਟਲ ਵੇਟ। ਬੋਇਜ਼ ਦਾ ਜਿਹੜਾ ਟੋਟਲ ਵੇਟ ਹੋਏਗਾ ਉਹ ਬੋਇਜ਼ ਦੀ ਜਿਹੜੀ ਹੁਣ ਆਪਣੇ ਕੋਲ ਕਾਊਂਟ ਆਈ ਹੈ ਉਹਨੂੰ ਬੋਇਜ਼ ਦੇ ਵੇਟ ਨਾਲ ਮਲਟੀਪਲਾਈ ਕਰਾਂਗੇ, ਸੋ ਐਕਸ ਇੰਟੂ 56 ਹੋ ਜਾਏਗਾ। ਅਤੇ ਇਸੇ ਤਰ੍ਹਾਂ ਗਰਲਜ਼ ਦਾ ਟੋਟਲ ਵੇਟ ਗਰਲਜ਼ ਦੇ ਨੰਬਰ ਨੂੰ ਗਰਲਜ਼ ਦੀ ਐਵਰੇਜ ਦੇ ਨਾਲ ਮਲਟੀਪਲਾਈ ਕਰਕੇ ਮਿਲ ਜਾਏਗਾ, ਸੋ ਇੱਥੋਂ 56 ਐਕਸ, ਅਤੇ ਇੱਥੋਂ ਆ ਗਿਆ ਆਪਣੇ ਕੋਲ 100 ਐਕਸ। ਹੁਣ ਇਹ ਬੋਇਜ਼ ਦਾ ਅਤੇ ਗਰਲਜ਼ ਦਾ ਟੋਟਲ ਵੇਟ ਹੋ ਗਿਆ, ਅਤੇ ਇਹਦੀ ਐਵਰੇਜ ਕੱਢਦੇ ਹਾਂ ਆਪਾਂ ਕੀ ਆਉਂਦੀ ਹੈ, 56 ਐਕਸ ਪਲੱਸ 100 ਐਕਸ ਓਵਰ, ਇਹਨਾਂ ਦੀ ਕਾਊਂਟ ਕਿੰਨੀ ਹੈ ਬੋਇਜ਼ ਅਤੇ ਗਰਲਜ਼ ਦੀ, 1x ਅਤੇ 2x, ਇਹ ਹੋ ਗਈ 3x, ਅਤੇ 156x ਓਵਰ 3x। ਹਾਂਜੀ, ਅਤੇ ਇੱਥੋਂ ਇਹਨਾਂ ਦੀ ਕਟਿੰਗ ਕਰਾਂਗੇ ਤਾਂ 52 ਮਿਲ ਜਾਏਗਾ, ਅਤੇ ਉਹਨੇ ਵੀ ਕਿਹਾ ਸੀਗਾ ਕਿ ਐਵਰੇਜ ਹੈ ਜਿਹੜੀ ਕਲਾਸ ਦੀ ਉਹ ਹੈ 52, ਅਤੇ ਇੱਥੇ ਆਪਣੇ ਕੋਲ ਵੀ ਕਲਾਸ ਦੀ ਐਵਰੇਜ 52 ਆ ਰਹੀ ਹੈ। ਕਦੋਂ? ਜਦੋਂ ਆਪਾਂ ਰੇਸ਼ੋ ਲਈ 1:2, ਇਹਦਾ ਮਤਲਬ 1:2 ਹੀ ਸਹੀ ਰੇਸ਼ੋ ਹੈ, ਅਤੇ ਇਹੀ ਆਪਣਾ ਬਣ ਜਾਏਗਾ ਇਸ ਤਰ੍ਹਾਂ ਆਨਸਰ। ਸੋ ਤੁਸੀਂ ਕੁਸ਼ਚਨਸ ਨੂੰ ਕਈ ਵਾਰ ਆਨਸਰਸ ਦੇ ਵਿੱਚੋਂ ਵੀ ਸੋਲਵ ਕਰਕੇ ਦੇਖ ਸਕਦੇ ਹੋ। ਹਾਂਜੀ, ਅੱਗੇ ਆਉਂਦੇ ਕੁਸ਼ਚਨ ਨੰਬਰ 148 'ਤੇ। ਕਹਿੰਦਾ ਜਿਹੜੀ ਫਿਗਰ ਹੈ ਇਹਦੇ ਵਿੱਚ ਪੀ ਕਿਊ ਪੈਰਲਲ ਟੂ ਬੀ ਸੀ ਹੈ ਆਪਣੇ ਕੋਲ, ਅਤੇ ਏ ਪੀ ਅਤੇ ਪੀ ਬੀ ਦੀ ਰੇਸ਼ੋ ਦਿੱਤੀ ਹੋਈ ਹੈ 4:3, ਏ ਪੀ 4 ਟੂ ਪੀ ਬੀ, ਇਹ 3 ਪਾਰਟ ਨੇ, ਅਤੇ ਇਟ ਮੀਨਸ ਏ ਬੀ ਹੈ ਜਿਹੜੀ ਉਹ 7 ਪਾਰਟਸ ਹੋ ਜਾਏਗੀ ਆਪਣੇ ਕੋਲ ਪੂਰੀ ਦੀ ਪੂਰੀ, ਏ ਤੋਂ ਬੀ ਤੱਕ। ਹਾਂਜੀ, ਹੁਣ ਉਹਨੇ ਰੇਸ਼ੋ ਪੁੱਛੀ ਹੈ ਕਿਸ ਦੀ, ਏਰੀਆਜ਼ ਆਫ ਬੀ ਓ ਸੀ ਆਰ ਟ੍ਰਾਇੰਗਲ ਦਾ ਏਰੀਆ ਪੀ ਓ ਕਿਊ ਦੇ ਨਾਲ, ਇਹਦੀ ਕੀ ਰੇਸ਼ੋ ਹੋਏਗੀ ਇਹ ਆਪਾਂ ਪਤਾ ਕਰਨੀ ਹੈ। ਹਾਂਜੀ, ਇਹਦੇ ਵਿੱਚ ਆਪਾਂ ਟ੍ਰਾਇੰਗਲ ਦੀ ਸਿਮਿਲੈਰਿਟੀ ਅਤੇ ਉਹਨਾਂ ਦੇ ਏਰੀਆਜ਼, ਹਾਂਜੀ ਇਸ ਦੇ ਵਿੱਚ ਆਪਾਂ ਥਿਊਰਮ ਯੂਜ਼ ਕਰਾਂਗੇ ਕਿ ਦੋ ਸਿਮਿਲਰ ਟ੍ਰਾਇੰਗਲਸ ਦੇ ਏਰੀਆਜ਼ ਦੀ ਰੇਸ਼ੋ ਉਹਨਾਂ ਦੀਆਂ ਕੋਰਸਪੋਂਡਿੰਗ ਸਾਈਜ਼ ਦੇ ਰੇਸ਼ੋ ਦੇ ਸਕੇਅਰ ਦੇ ਇਕੁਅਲ ਹੁੰਦੀ ਹੈ। ਇਹ 6th ਚੈਪਟਰ ਦੀ ਇੱਕ ਥਿਊਰਮ ਹੈ। ਉਹਦੇ ਲਈ ਆਪਾਂ ਨੂੰ ਆਹ ਟ੍ਰਾਇੰਗਲਸ ਨੇ ਜਿਹੜੀਆਂ ਦੋਨੋਂ ਬੀ ਓ ਸੀ ਅਤੇ ਪੀ ਓ ਕਿਊ, ਇਹਨਾਂ ਨੂੰ ਸਿਮਿਲਰ ਸ਼ੋਅ ਕਰਨਾ ਪਏਗਾ। ਅਤੇ ਸਿਮਿਲਰ ਕਿਵੇਂ ਹੋ ਸਕਦੀਆਂ ਨੇ, ਆਹ ਹੈ ਜਿਹੜਾ ਐਂਗਲ ਇਸ ਦੇ ਇਕੁਅਲ ਹੋਏਗਾ, ਵਰਟੀਕਲ ਓਪੋਜ਼ਿਟ ਐਂਗਲਸ ਸਿਖਰ ਸਨਮੁਖ ਕੋਣ, ਅਤੇ ਆਹ ਐਂਗਲ ਇਹਦੇ ਇਕੁਅਲ ਹੋਏਗਾ, ਜ਼ੈਡ ਬਣਦਾ ਪਿਆ, ਇਹ ਹੁੰਦੇ ਨੇ ਆਲਟਰਨੇਟ ਇੰਟੀਰੀਅਰ ਐਂਗਲਸ, ਯਾਨੀ ਕਿ ਇਕਾਂਤਰ ਅੰਦਰਲੇ ਕੋਣ। ਸੋ ਦੋਨੋਂ ਟ੍ਰਾਇੰਗਲਸ ਦੇ ਦੋ ਐਂਗਲਸ ਹੋ ਗਏ ਇਕੁਅਲ, ਤਾਂ ਇਹ ਹੋ ਜਾਣਗੀਆਂ ਸਿਮਿਲਰ, ਯਾਨੀ ਕਿ ਸਮਰੂਪ। ਸੋ ਟ੍ਰਾਇੰਗਲ ਬੀ ਓ ਸੀ ਸਿਮਿਲਰ ਆ ਗਈ ਆਪਣੇ ਕੋਲ ਟ੍ਰਾਇੰਗਲ ਪੀ ਓ ਕਿਊ ਦੇ। ਸੋ ਇਹਨਾਂ ਦੇ ਏਰੀਆਜ਼ ਦੀ ਰੇਸ਼ੋ, ਏਰੀਆ ਟ੍ਰਾਇੰਗਲ ਬੀ ਓ ਸੀ ਓਵਰ ਏਰੀਆ ਟ੍ਰਾਇੰਗਲ ਪੀ ਓ ਕਿਊ ਕਿਹਦੇ ਇਕੁਅਲ ਹੋ ਜਾਏਗਾ, ਇਸ ਦੇ ਵਿੱਚੋਂ ਆਪਾਂ ਸਾਈਡ ਬੀ ਸੀ ਯੂਜ਼ ਕਰਾਂਗੇ, ਬੀ ਸੀ, ਅਤੇ ਉਹਦੇ ਵਿੱਚੋਂ ਪੀ ਕਿਊ, ਕੋਰਸਪੋਂਡਿੰਗ ਸਾਈਡਸ ਦੀ ਰੇਸ਼ੋ ਅਤੇ ਉਸਦਾ ਸਕੁਅਰ, ਇਹਦੇ ਇਕੁਅਲ ਹੋਏਗਾ। ਹੁਣ ਬੀ ਸੀ ਅਤੇ ਪੀ ਕਿਊ ਇਹ ਆਪਾਂ ਨੂੰ ਚਾਹੀਦੇ ਆ ਕਿਸੇ ਤਰੀਕੇ, ਇਹ ਮਿਲ ਜਾਣ ਤਾਂ ਆਪਣਾ ਕੁਸ਼ਚਨ ਹੋ ਜਾਏਗਾ ਸੋਲਵ। ਹਾਂਜੀ, ਬੀ ਸੀ ਅਤੇ ਪੀ ਕਿਊ ਕਿਵੇਂ ਲੱਭਾਂਗੇ, ਹੁਣ ਆਪਾਂ ਬੀ ਸੀ ਟ੍ਰਾਇੰਗਲ ਏ ਬੀ ਸੀ ਦੇ ਵਿੱਚ ਇੱਕ ਸਾਈਡ ਹੈ, ਅਤੇ ਪੀ ਕਿਊ ਟ੍ਰਾਇੰਗਲ ਏ ਪੀ ਕਿਊ ਦੇ ਵਿੱਚ ਇੱਕ ਸਾਈਡ ਹੈ। ਹੁਣ ਜੇਕਰ ਆਹ ਛੋਟੀ ਟ੍ਰਾਇੰਗਲ ਏ ਪੀ ਕਿਊ, ਟ੍ਰਾਇੰਗਲ ਏ ਪੀ ਕਿਊ ਅਤੇ ਟ੍ਰਾਇੰਗਲ ਏ ਬੀ ਸੀ ਨੂੰ ਆਪਾਂ ਦੇਖੀਏ, ਏ ਪੀ ਕਿਊ ਅਤੇ ਏ ਬੀ ਸੀ ਨੂੰ, ਤਾਂ ਇਹ ਵੀ ਹੋਣਗੀਆਂ ਸਿਮਿਲਰ। ਕਿਵੇਂ? ਏ ਪੀ ਕਿਊ ਦਾ ਐਂਗਲ ਏ ਅਤੇ ਏ ਬੀ ਸੀ ਦਾ ਐਂਗਲ ਏ, ਦੋਨਾਂ 'ਚ ਆ ਰਿਹਾ ਇਹ ਐਂਗਲ ਕੋਮਨ ਐਂਗਲ ਹੈ, ਅਤੇ ਇਸ ਤੋਂ ਬਿਨਾਂ ਦੂਜਾ ਐਂਗਲ, ਕਿਉਂਕਿ ਆਹ ਦੋਨੋਂ ਪੈਰਲਲ ਨੇ ਸਮਾਂਤਰ ਨੇ, ਤਾਂ ਆਹ ਐਂਗਲ ਹੈ ਜਿਹੜਾ ਪੀ 'ਤੇ ਇੱਥੇ ਬਣਦਾ ਪਿਆ ਉਹ ਇਸ ਪੂਰੇ ਐਂਗਲ ਦੇ ਇਕੁਅਲ ਹੋਏਗਾ। ਸੋ ਛੋਟੀ ਟ੍ਰਾਇੰਗਲ ਦਾ ਆਹ ਐਂਗਲ, ਵੱਡੀ ਟ੍ਰਾਇੰਗਲ ਦਾ ਆਹ ਐਂਗਲ, ਇਹ ਆਪਸ 'ਚ ਇਕੁਅਲ ਹੋਣਗੇ। ਇਹ ਕਿਹੜੇ ਐਂਗਲ ਨੇ? ਕੋਰਸਪੋਂਡਿੰਗ ਐਂਗਲਸ, ਯਾਨੀ ਕਿ ਸੰਗਤ ਕੋਣ। ਤੋ ਸੋ ਦੋ ਐਂਗਲਸ ਇਹਨਾਂ 'ਚ ਇਕੁਅਲ ਹੋ ਗਏ ਤਾਂ ਇਹ ਵੀ ਹੋ ਜਾਣਗੀਆਂ ਆਪਣੇ ਕੋਲ ਸਿਮਿਲਰ, ਤਾਂ ਇਹ ਹੋ ਗਈਆਂ ਸਿਮਿਲਰ। ਸੋ ਸਿਮਿਲਰ ਟ੍ਰਾਇੰਗਲਸ ਦੀਆਂ ਕੋਰਸਪੋਂਡਿੰਗ ਸਾਈਡਸ ਦੀ ਰੇਸ਼ੋ ਹੁੰਦੀ ਹੈ ਇਕੁਅਲ, ਇਟ ਮੀਨਸ ਛੋਟੀ ਟ੍ਰਾਇੰਗਲ 'ਚੋਂ ਏ ਪੀ ਹੈ ਜਿਹੜੀ ਉਹਦੀ ਰੇਸ਼ੋ ਆਪਾਂ ਲੈ ਸਕਦੇ ਹਾਂ, ਵੱਡੀ ਟ੍ਰਾਇੰਗਲ 'ਚੋਂ ਉਹਦੀ ਕੋਰਸਪੋਂਡਿੰਗ ਸਾਈਡ ਏ ਬੀ ਆ ਜਾਏਗੀ। ਇਹ ਕਿਹਦੇ ਬਰਾਬਰ ਹੋਏਗੀ? ਛੋਟੀ 'ਚੋਂ ਪੀ ਕਿਊ ਲੈਂਦੇ ਹਾਂ ਹੁਣ ਆਪਾਂ, ਤਾਂ ਵੱਡੀ 'ਚੋਂ ਆ ਜਾਏਗੀ ਆਪਣੇ ਕੋਲ ਬੀ ਸੀ, ਤਾਂ ਪੀ ਕਿਊ ਓਵਰ ਬੀ ਸੀ, ਤਾਂ ਇਹਨੂੰ ਉਲਟਾ ਲਈਏ ਤਾਂ ਆਪਣੇ ਕੋਲ ਆ ਜਾਏਗਾ ਬੀ ਸੀ ਓਵਰ ਪੀ ਕਿਊ ਬਰਾਬਰ ਏ ਬੀ ਓਵਰ ਏ ਪੀ, ਅਤੇ ਏ ਬੀ ਓਵਰ ਏ ਪੀ ਕੀ ਹੈ ਆਪਣੇ ਕੋਲ? ਏ ਬੀ ਹੈ ਆਪਣੇ ਕੋਲ 7, ਅਤੇ ਏ ਪੀ ਏ ਪੀ ਹੈ ਆਪਣੇ ਕੋਲ 4। ਸੋ ਬੀ ਸੀ ਓਵਰ ਪੀ ਕਿਊ ਜਗ੍ਹਾ 'ਤੇ 7/4 ਭਰ ਸਕਦੇ ਹਾਂ ਆਪਾਂ ਇੱਥੇ, ਤਾਂ ਇਹ ਬਣ ਜਾਏਗਾ 7/4 ਦਾ ਸਕੇਅਰ, ਜੋ ਕਿ ਆ ਜਾਏਗਾ ਆਪਣੇ ਕੋਲ 49/16। ਸੋ 49:16, ਯਾਨੀ ਕਿ ਥਰਡ ਆਪਸ਼ਨ ਇਸਦਾ ਬਣ ਜਾਏਗੀ ਆਨਸਰ ਆਪਣੇ ਕੋਲ।
हाँ जी अगे आने 149th क्वेश्चन ते। क्वेश्चन है कि कोई ट्रायंगल ए बी सी उहदा सी एंगल 90 डिग्री है, टैन ए दी वैल्यू 1 दित्ती हुई है, तो 2 साइन ए कोज ए जिहड़ा है वह आपां लभना है। टैन ए दी वैल्यू 1 है, हाँ जी टैन ए है 1, तो 1 हुंदी है वैल्यू टैन 45 डिग्री की, टैन 45 डिग्री क्योंकि 1 हुंदा है अपने कोल। यह 8th चैप्टर के आएगा थोड़े को ट्रिगनोमैट्रिक रेशियोज़ दियाँ पर्टिकुलर एंगल्स लिए वैल्यूज़ की होंगे ने उतों तुम्हें पता लग जाएगा। सो इतों ए आ जाएगा अपने कोल 45 डिग्री। सो आप की करते हैं ये भर दें, सो 2 साइन 45 डिग्री नाल कोज 45 डिग्री, सो 2 इंटू साइन 45 की वैल्यू होंगी है 1 ओवर रूट 2, कोज 45 की भी सेम वैल्यू होंगी है, सो ये आ गया 2 इंटू 1 ओवर रूट 2 इंटू रूट 2, तो 2 मिल जाएगा अपने को, यह कट्टे जाएंगे यदा मतलब 1 बनेगा इसका आंसर, जो कि पे तीजी ऑप्शन दे विच। हाँ जी अगे आने 150th क्वेश्चन ते। कंसीडर द फॉलोइंग स्टेटमेंट्स व्हेन टू स्ट्रेट लाइनस इंटरसैक्ट, जो दो सीधिया रेखावान कटदिया ने। हाँ जी एक आ रेखा लें, एक आ रेखा मान लो उन्होंने कटती पई है, एक एल लें एक एम लें, फिर अगे कहता एडजसेंट एंगल्स आर कॉम्प्लीमेंट्री। एडजसेंट एंगल्स आ हो गए ये नाल दे कोण 1 अते 2, कॉम्प्लीमेंट्री कहिंदा ये पूरक हुंदे ने जिन्हां दा जोड़ होवे अपने कोल सम हुंदा 90 डिग्री। 1 ते 2 दा सम 90 डिग्री नहीं आंदा, सो ये सही नहीं अपने कोल। अगे देखते हैं बच देखते हैं कि कहिंदा की है ये, एडजसेंट एंगल्स आर सप्लीमेंट्री। हाँ जी 1 ते 2 सप्लीमेंट्री ने, इन्हां दा सम हुंदा 180 डिग्री, तो 180 डिग्री सम होवे तां ही उन्हां नूं सप्लीमेंट्री बोलदे हां, सो ये ठीक आ रही है। अगे वर्टिकली ओपोजिट एंगल्स आर इक्वल, वर्टिकली ओपोजिट एंगल जो लाइनस कटदिया ने तो काट ही बनती है, तो यह सामने वाले कोण तो बराबर होंगे ही ने, वर्टिकली ओपोजिट एंगल शिखर सन्मुख कोण बराबर होंगे ने, सो यह भी ठीक है अपने को। दूजी भी ठीक है, तीजी भी ठीक है, पहली गलत है। वर्टिकली ओपोजिट एंगल्स आर सप्लीमेंट्री, नहीं जी आमो सामने कोण तो 180 डिग्री के नहीं होंगे, सो यह गलत है अपने को। सो दूजी तो तीजी ठीक है, तो यह दूजी ऑप्शन चो कह रहे हैं कि दूजी तीजी ठीक ने, सो यही अपने को सही ऑप्शन बनेगी इस दे लई। हाँ जी अगे आने 151 नंबर क्वेश्चन ते। 3.27 दी बार कहिंदा यह किस तरह का नंबर है, एन इंटीजर रैशनल नंबर नैचुरल नंबर इरैशनल नंबर। हाँ जी जिहड़े भी नंबर जिन्हां दे विच बार हुंदी आ वो रैशनल नंबरस हुंदे ने, जदों भी अपने कोल नॉन टर्मीनेटिंग बट रिपीटिंग डेसिमल एक्सपेंशन होवे, जिहड़ी खत्म ना हुंदी होवे पर रिपीट हुंदी होवे, वह हुंदी है रैशनल नंबर दी। जेकर खत्म भी हो जाए तां भी रैशनल नंबर ही हुंदा, सो दोनों केसिस रैशनल नंबर होंगे यानी कि प्रमेय संख्या, सो इस केस प्रमेय संख्या इसका आंसर बनेगा। आने 152 नंबर क्वेश्चन ते। सम ऑफ ऑल ऑड नैचुरल नंबर यानी कि टांक प्रकृतिक संख्यावान जिहड़ियां 0 तो 40 तक ने उन्होंने जोड़ कितना आएगा ये आप देखना है, सो ये स्टार्ट हो 1 तो 1, 3, 5, सो ऑन चलदियां जांदियां, ये कितने जाके खत्म होणगियां 39 ते, तो ए दी वैल्यू आ गई अपने कोल 1, तो डी है अपने कोल 2, तो ए एन दी वैल्यू है अपने कोल 39। पहले 40 दे विच्चों टांक देखते पे हाँ कितनियां होणगियां, अद्धियां टांक हुंदियां अद्धियां जिस्त, सो यह होणगियां 20 अपने कोल, सो एन दी वैल्यू आ जाएगी 20। हुण आपां एस एन इन्हां दा जोड़ पता करना है, एन ओवर 2 ए प्लस ए एन वाला फॉर्मूला लगा लाँगे आपां, वैल्यूज़ भरते हैं, एन है 20 ओवर 2, ए ए दी वैल्यू 1 प्लस ए एन 39, ए दी कटिंग करके 10, 10 इंटू 40 यानी कि 400 आएगा इसका आंसर, जो कि पे अपने कोल थर्ड ऑप्शन दे विच। हाँ जी आने नेक्स्ट क्वेश्चन ते 153 ते। एम्पेरिकल रिलेशन बिटवीन मीन मोड एंड मीडियन। हाँ जी इन्हें जोड़ा फॉर्मूला होंगे वह होंगे मोड इज इक्वल्स टू 3 मीडियन माइनस 2 मीन। सो मोड 3 मीडियन माइनस 2 मीन पहली ही ऑप्शन दे विच पे, काफ़ी इंपोर्टेंट है, कई बार आ जाता है यह जिहड़े 10th क्लास के बोर्ड एग्जाम्स होंगे उन्होंने भी आ सकता है, टेस्ट के भी आ सकता है, तो ईवन इतने भी आया हुआ है, सो इस क्वेश्चन का ध्यान रखना तुसी सारे ने। मोड होंगे अपने कोल बहुलक, सो बहुलक बराबर होंगे 3 गुणा मध्यिका माइनस 2 गुणा मध्य मान दे बराबर। हाँ जी अगे आने 154th क्वेश्चन ते। इफ द पैरीमीटर ऑफ अ सर्कल इज इक्वल टू दैट ऑफ अ स्क्वेयर,
ਹਾਂਜੀ, ਇੱਕ ਚੱਕਰ ਹੈ ਅਤੇ ਇੱਕ ਵਰਗ ਹੈ, ਉਹਨਾਂ ਦੇ ਪੈਰੀਮੀਟਰ ਯਾਨੀ ਕਿ ਪਰਿਮਾਪ ਬਰਾਬਰ ਦਿੱਤੇ ਹੋਏ ਨੇ। ਦੈਨ ਫਾਇੰਡ ਦਾ ਰੇਸ਼ੋ ਆਫ ਦੇਅਰ ਏਰੀਆਜ਼, ਤਾਂ ਉਹਨਾਂ ਦੇ ਖੇਤਰਫਲਾਂ ਦਾ ਜਿਹੜਾ ਅਨੁਪਾਤ ਹੈ ਉਹ ਆਪਾਂ ਪਤਾ ਕਰਨਾ ਹੈ। ਹਾਂਜੀ, ਪੈਰੀਮੀਟਰ ਆਫ ਸਰਕਲ ਹੁੰਦਾ ਹੈ ਆਪਣੇ ਕੋਲ 2πr, ਅਤੇ ਦੂਜੇ ਪਾਸੇ ਸਕੁਏਅਰ ਦਾ ਪੈਰੀਮੀਟਰ ਹੁੰਦਾ ਹੈ 4 × side ਜਾਂ 4a ਲਿਖ ਲੈਂਦੇ ਹਾਂ ਉਹਨੂੰ ਆਪਾਂ। ਅਤੇ ਹੁਣ ਉਹਨਾਂ ਦੇ ਏਰੀਆਜ਼ ਦੀ ਰੇਸ਼ੋ ਕੱਢਣੀ ਹੈ, ਯਾਨੀ ਕਿ πr² ਓਵਰ ਆਪਣੇ ਕੋਲ ਜਿਹੜਾ ਸਕੁਏਅਰ ਹੈ ਉਹਦਾ ਏਰੀਆ ਹੁੰਦਾ ਹੈ a². ਸੋ ਆਪਾਂ ਕੀ ਕਰਦੇ ਹਾਂ, ਇੱਥੋਂ a ਦੀ ਵੈਲਿਊ ਇਨ ਟਰਮਸ ਆਫ ਪਾਈ ਐਂਡ r ਕੱਢ ਕੇ ਇਹਦੇ ਵਿੱਚ ਭਰ ਦਿੰਦੇ ਹਾਂ। ਸੋ ਇੱਥੋਂ ਆਹ 2 ਅਤੇ 4 ਦੀ ਕਟਿੰਗ ਹੋਏਗੀ, ਤਾਂ a ਦੀ ਵੈਲਿਊ ਆ ਜਾਏਗੀ ਆਪਣੇ ਕੋਲ ਪਾਈ r ਓਵਰ 2। ਇਹ ਆ ਗਈ a ਦੀ ਵੈਲਿਊ, ਕਿਉਂਕਿ ਇੱਧਰ a ਇਕੱਲਾ ਸੀ ਤਾਂ ਆਪਾਂ a ਦੀ ਵੈਲਿਊ ਕੱਢ ਲਈ, ਉੱਧਰ ਪਾਈ ਅਤੇ r ਦੋ ਚੀਜ਼ਾਂ ਨੇ, ਸੋ ਤਾਂ ਆਪਾਂ ਉਹਨਾਂ ਦੀ ਵੈਲਿਊ ਕੱਢਣੀ ਅਵੋਇਡ ਕੀਤੀ। ਸੋ ਹੁਣ ਆਹ ਏ ਦੀ ਵੈਲਿਊ ਇਹਦੇ ਵਿੱਚ ਭਰਦੇ ਹਾਂ ਇੱਥੇ ਆਪਾਂ, ਸੋ ਪਾਏ ਆਰ ਸਕੁਏਅਰ ਓਵਰ ਏ ਸਕੁਏਅਰ ਯਾਨੀ ਕਿ ਪਾਏ ਆਰ ਓਵਰ 2 ਉਸ ਦਾ ਸਕੁਏਅਰ। ਹਾਂਜੀ, ਹੁਣ ਇਹ ਕੀ ਬਣ ਜਾਏਗਾ, ਪਾਏ ਆਰ ਸਕੁਏਅਰ ਓਵਰ ਆਹ ਪਾਈ ਆਰ ਇਹਦਾ ਸਕੁਏਅਰ ਖੁੱਲੇਗਾ ਤਾਂ ਪਾਏ ਸਕੁਏਅਰ ਆਰ ਸਕੁਏਅਰ ਓਵਰ 2 ਉਸਦਾ ਸਕੇਅਰ ਹੋਏਗਾ ਤਾਂ 4 ਹੋ ਜਾਏਗਾ। ਹੁਣ ਇਹ ਆਹ ਚੀਜ਼ ਹੈ, ਇਹਨੂੰ ਅੱਗੇ ਕੀ ਲਿਖਾਂਗੇ, ਆਪਣੇ ਕੋਲ ਇਹ ਬਣ ਰਹੀ ਹੈ ਇਸ ਤਰ੍ਹਾਂ ਦੀ ਫੋਰਮ ਏ ਓਵਰ ਬੀ ਓਵਰ ਸੀ। ਹੇਠਾਂ ਵਾਲੀ ਜਿਹੜੀ ਟਰਮ ਹੈ ਉਹ ਬੱਟਿਆਂ ਦੇ ਵਿੱਚ ਫਰੈਕਸ਼ਨ 'ਚ ਹੈ, ਤਾਂ ਉਸ ਕੇਸ ਦੇ ਵਿੱਚ ਸੀ ਉੱਪਰ ਆ ਕੇ ਏ ਦੇ ਨਾਲ ਮਲਟੀਪਲਾਈ ਹੁੰਦਾ ਹੁੰਦਾ। ਸੋ ਇੱਥੋਂ ਆ ਜਾਏਗਾ ਆਪਣੇ ਕੋਲ ਏ ਇੰਟੂ ਸੀ ਯਾਨੀ ਕਿ ਆਹ ਉੱਪਰ ਵਾਲੀ ਵੈਲਿਊ ਪਾਈ ਆਰ ਸਕੁਏਅਰ ਇੰਟੂ ਆ ਸੀ ਹੈ ਆਪਣੇ ਕੋਲ 4, ਅਤੇ ਹੇਠਾਂ ਰਹੇਗਾ ਆਪਣੇ ਕੋਲ ਪਾਈ ਸਕੁਏਅਰ ਆਰ ਸਕੁਏਅਰ। ਹੁਣ ਆਰ ਸਕੁਏਅਰ ਤਾਂ ਕੈਂਸਲ ਹੋ ਗਿਆ, ਆਹ ਇੱਕ ਸਕੁਏਅਰ ਦੇ ਨਾਲ ਆਹ ਪਾਈ ਕੈਂਸਲ ਹੋ ਗਿਆ, ਆਪਣੇ ਕੋਲ ਬਚਿਆ 4 ਓਵਰ ਪਾਈ। ਹਾਂਜੀ, ਅਤੇ ਜਿਹੜਾ ਆਂਸਰ ਹੈ ਉਹਦੇ ਵਿੱਚ ਪਾਈ ਦੀ ਵੈਲਿਊ ਨਹੀਂ ਹੈ ਕਿਤੇ ਵੀ, ਸੋ ਆਪਾਂ ਇਹਨੂੰ ਇਹਦੀ ਵੈਲਿਊ ਫਿਲ ਕਰਾਂਗੇ ਇਹਦੇ ਵਿੱਚ, ਕਿਉਂਕਿ ਆਂਸਰ ਪਾਈ ਦੀ ਫੋਰਮ 'ਚ ਨਹੀਂ ਹੈ। 4 ਓਵਰ 22 ਓਵਰ ਜਿਹੜਾ 7 ਹੈ ਉਹ ਵੀ ਇਸੇ ਤਰ੍ਹਾਂ ਸੇਮ ਫਾਰਮੂਲਾ ਦੇ ਥਰੂ ਉੱਪਰ ਚਲ ਜਾਏਗਾ, ਸੋ 7 ਆ ਜਾਏਗਾ ਉੱਪਰ। ਅਤੇ ਇਸ ਤੋਂ ਬਾਅਦ ਕਟਿੰਗ ਕਰੀਏ ਤਾਂ ਇਹਦੀ 2 ਦੇ ਟੇਬਲ 'ਚ, 2 × 4 11 × 22, ਸੋ 7 × 14 / 11 ਯਾਨੀ 14:11 ਆ ਜਾਏਗਾ ਇਸਦਾ ਆਂਸਰ, ਜੋ ਕਿ ਪਿਆ ਆਪਣੇ ਕੋਲ 4th ਆਪਸ਼ਨ ਦੇ ਵਿੱਚ। ਹਾਂਜੀ, ਇੱਕ ਰੂਲ ਮੈਂ ਤੁਹਾਨੂੰ ਆਹ ਦੱਸਿਆ, ਇੱਕ ਹੋਰ ਰੂਲ ਹੁੰਦਾ ਉਹ ਕਿਹੜਾ ਹੁੰਦਾ ਉਹ ਦੇਖ ਲਓ, ਉਹ ਹੁੰਦਾ ਆਪਣੇ ਕੋਲ ਜੇ ਉੱਪਰ ਵਾਲਾ ਫਰੈਕਸ਼ਨ 'ਚ ਹੋਵੇ ਏ ਓਵਰ ਬੀ ਓਵਰ ਸੀ ਹੋਵੇ, ਉਸ ਕੇਸ ਦੇ ਵਿੱਚ ਆਹ ਬੀ ਸੀ ਦੇ ਨਾਲ ਜਾ ਕੇ ਮਲਟੀਪਲਾਈ ਹੋ ਜਾਂਦਾ, ਸੋ ਬਣ ਜਾਂਦਾ ਏ ਓਵਰ ਬੀ ਇੰਟੂ ਸੀ। ਸੋ ਇਹ ਦੋਨੋਂ ਰੂਲਸ ਨੇ ਜਿਹੜੇ ਤੁਸੀਂ ਯਾਦ ਰੱਖਿਓ। ਹਾਂਜੀ, ਅੱਗੇ ਆਉਂਦੇ ਹਾਂ 155th ਕੁਸ਼ਚਨ 'ਤੇ। ਫਾਇੰਡ ਦਾ ਨੰਬਰ ਹੂਜ਼ ਸਕੁਏਅਰ ਰੂਟ ਇਜ਼ ਟਵਾਈਸ ਦੈਟ ਆਫ ਇਟਸ ਕਿਊਬ ਰੂਟ। ਹਾਂਜੀ, ਉਹ ਨੰਬਰ ਆਪਾਂ ਲੱਭਣਾ ਜਿਹਦਾ ਵਰਗਮੂਲ ਉਸਦੇ ਘਣਮੂਲ ਦੇ ਬਰਾਬਰ ਹੋਵੇ। ਇਹਦਾ ਮਤਲਬ ਉਹ ਜਿਹੜਾ ਨੰਬਰ ਹੈ ਆਪਣਾ ਨੰਬਰ, ਉਹ ਇੱਕ ਪਰਫੈਕਟ ਸਕੁਏਅਰ ਹੋਣਾ ਚਾਹੀਦਾ ਹੈ। ਪਰਫੈਕਟ ਸਕੁਏਅਰ ਹੋਊਗਾ ਤਾਂ ਹੀ ਉਹਦਾ ਆਪਾਂ ਵਰਗਮੂਲ ਕੱਢ ਸਕਦੇ ਹਾਂ, ਯਾਨੀ ਕਿ ਉਹ ਪੂਰਨ ਵਰਗ ਹੋਣਾ ਚਾਹੀਦਾ। ਅਤੇ ਉਹ ਪਰਫੈਕਟ ਕਿਊਬ ਵੀ ਹੋਣਾ ਚਾਹੀਦਾ, ਯਾਨੀ ਕਿ ਪੂਰਨ ਘਣ। ਅਤੇ ਇਹਨਾਂ ਚਾਰਾਂ ਨੰਬਰਸ ਦੇ ਵਿੱਚੋਂ ਇੱਕੋ ਹੀ ਨੰਬਰ ਐਸਾ ਹੈ ਜਿਹੜਾ ਦੋਨੋਂ ਚੀਜ਼ਾਂ ਨੂੰ ਸੈਟਿਸਫਾਈ ਕਰ ਰਿਹਾ ਹੈ, ਜਿਹੜਾ ਪੂਰਨ ਵਰਗ ਵੀ ਹੈ ਅਤੇ ਪੂਰਨ ਘਣ ਵੀ ਹੈ, ਉਹ ਹੈ 64। ਸੋ ਇਹਦਾ ਆਂਸਰ 64 ਹੀ ਆ ਸਕਦਾ। ਹਾਂਜੀ, ਹੁਣ ਜਿਹੜੀ ਕੰਡੀਸ਼ਨ ਹੈ ਉਹਦੇ ਅਕੋਰਡਿੰਗ ਵੀ ਕਰਕੇ ਦੇਖ ਲੈਂਦੇ ਹਾਂ। ਸਕੁਏਅਰ ਰੂਟ, ਹਾਂਜੀ, 64 ਦਾ ਸਕੁਏਅਰ ਰੂਟ ਕਿੰਨਾ ਆਜੂਗਾ, 8 ਆਜੂਗਾ। ਅਤੇ ਉਸ ਤੋਂ ਬਾਅਦ ਉਹ ਗੱਲ ਕਰਦਾ ਪਿਆ ਉਸਦੇ ਕਿਊਬ ਰੂਟ ਦੀ, 64 ਦਾ ਕਿਊਬ ਰੂਟ ਲਈਏ ਤਾਂ ਉਹ ਆਜੂਗਾ ਆਪਣੇ ਕੋਲ 4। ਕਹਿੰਦਾ ਜਿਹੜਾ ਸਕੁਏਅਰ ਰੂਟ ਹੈ ਉਹ ਕਿਊਬ ਰੂਟ ਦਾ 2 ਟਾਈਮਸ ਹੈ, ਟਵਾਈਸ। ਹੁਣ ਦੇਖੋ ਤੁਸੀਂ 4 ਨੂੰ 2 ਨਾਲ ਮਲਟੀਪਲਾਈ ਕਰੋ ਤਾਂ 8 ਆ ਜਾਂਦਾ ਆਪਣੇ ਕੋਲ। ਸੋ ਕੰਡੀਸ਼ਨ ਹੈ ਜਿਹੜੀ ਸੈਟਿਸਫਾਈ ਹੋ ਰਹੀ ਹੈ ਕਿਸਦੇ ਲਈ, 64 ਲਈ ਹੀ। ਸੋ ਆਪਾਂ ਸੋਲਵ ਕਰਕੇ ਦੇਖਣ ਦੀ ਵੀ ਲੋੜ ਨਹੀਂ ਪਈ, ਜੇਕਰ ਆਪਾਂ ਨੂੰ ਪਤਾ ਕਿ ਇਹਨਾਂ 'ਚੋਂ ਕਿਹੜਾ, ਆਪਾਂ ਆਪਸ਼ਨਸ ਡਾਇਰੈਕਟਲੀ ਦੇਖ ਕੇ ਵੀ ਪਤਾ ਲਗਾ ਸਕਦੇ ਸੀ ਕਿ ਇਹਨਾਂ 'ਚੋਂ ਇੱਕੋ ਹੀ ਨੰਬਰ ਸੀ ਜਿਹੜਾ ਪਰਫੈਕਟ ਸਕੁਏਅਰ ਸੀ ਅਤੇ ਪਰਫੈਕਟ ਕਿਊਬ ਸੀ, ਸੋ ਉੱਥੋਂ ਵੀ ਡਾਇਰੈਕਟ ਆਂਸਰ ਆਪਣੇ ਕੋਲ ਬਣ ਸਕਦਾ ਹੈ। ਹਾਂਜੀ, ਅੱਗੇ 156th ਕੁਸ਼ਚਨ 'ਤੇ, ਫਿਲ ਦਾ ਬਲੈਂਕ 49, 343, 64, -81,
729। हाँ जी, हुण आ जिहड़े नंबर्स ने इन्हां नूं देखदे हां, 49 विच इज़ 7 स्क्वेयर, 343 विच इज़ 7 क्यूब। सो स्क्वेयरस ते क्यूब्स तां तुहानूं याद होने ही चाहिए ने, घट्टो घट्ट जिहड़े स्क्वेयर ने उह 25 तों 30 तक तुसीं लर्न कर लो, ते जिहड़े क्यूब्स ने उह 12 तों 15 तक, इत्थे तक क्यूब्स तुहानूं जरूर याद होण, सो दैट नंबर सीरीज़ के क्वेश्चन ने जोड़े उन्हों के भी कई बार इन्हों के रिलेटिड क्वेश्चन आ जाते हैं, तो जिम्मे हूँ आह क्वेश्चन आया हुआ है, तो तुहानू वार वार फैक्टर नहीं बना के देखने पैणगे जेकर तुहानू स्क्वेयरस ते क्यूब्स लर्न ने। हाँ जी, 64 विच इज़ 8 स्केयर, तो इस तो बाद उन्होंने खाली जगह छड़ी है, फिर 81 विच इज़ 9 स्केयर, 729 विच इज़ 9 क्यूब। तो आप देख सकते हैं 7 का स्केयर 7 का क्यूब, इतने 9 का स्केयर 9 का क्यूब, 8 का स्केयर, तो यदा मतलब इतने 8 का क्यूब होएगा जो कि होंगे 512, तो 512 यानी कि दूजी ऑप्शन इसका आंसर होएगी अपने को। हाँ जी, आने 157th क्वेश्चन पर, कहिंदा एक प्रीख्या दे विच एक विद्यार्थी नूं सही उत्तर लई 4 अंक मिले, गलत उत्तर का एक अंक कट्टिया गया, उसने 60 प्रश्न हल करके 130 अंक प्राप्त किए, तो उसके किन्ने प्रश्न सही ने। हाँ जी, जिहड़े सही ने करैक्ट उन्हां नूं आपां एक्सएज्यूम कर लांगे, ते गलत ने जिहड़े ओह फिर किन्ने हो जाणगे, टोटल ने 60, 60 दे विच्चों सही आपां नूं पता लग गए तो गलत हो जाणगे 60 माइनस एक्स। हाँ जी, हुण जिहड़ी कंडीशन है, कहिंदा सही उत्तर लई 4 अंक, तां आह सही उत्तर ने उहदे, उहनूं 4 नाल मल्टीप्लाई करांगे, आह सही उत्तरां तों मिलण वाले अंक बण गए, प्लस जिहड़े गलत उत्तरां दे लई एक अंक कट्टिया जाएगा, सो इत्थे प्लस नहीं आएगा क्योंकि नंबर कट्टे जा रहे हैं, सो इत्थे आएगा अपने कोल माइनस दा साइन, ते 1 इंटू गलत क्वेश्चन ने 60 माइनस एक्स। हाँ जी, इत्थों बन जाएंगे वो नंबर, तो वो नंबर किन्ने ने 130, सो सामने आ जाएगा 130, सो 4x माइनस, हाँ जी ब्रैकेट ओपन करा माइनस दे 60, माइनस माइनस प्लस का एक्स हो जाएगा इक्वल टू 130 अपने कोल, 4x एंड 1x 5x इज इक्वल टू आ 60 उधर चल जाएगा, 130 प्लस 60, सो 5x इज इक्वल टू 190, तो x आ जाएगा 190 ओवर 5, कटिंग करते हैं 5 3 इज आर 15 दैन 40, 8 5 इज आर 40, सो 38 सही आप x मनने से, तो x आ गया 38, तो उन्हें भी सही ही पूछे ने कि किन्ने ने, सो 38 इज आंसर बनेगा जो कि पै दूजी ऑप्शन दे विच अपने कोल। हाँ जी, अगे आने 158th क्वेश्चन पर, दो अंकों वाली संख्या के अंकों का जोड़ 11 है, जेकर संख्या विच 27 जोड़ दिता जाए तो अंक अपना स्थान बदल लेंदे ने, तो संख्या पता करो। हाँ जी, अंकों का जोड़ 11, आप देख सकते हैं कि हरेक ऑप्शन के अंकों का जोड़ 11 है, सो हले तक अपन इतों डिसाइड नहीं होया कि आंसर केड़ा बन सकता है। कहिंदा जेकर संख्या दे विच 27 जोड़िए, इहदा मतलब हुण इह सारे पॉजिटिव ने, ते संख्या च 27 जोड़ांगे तां उह उस तों वध जाएगी, ते हुण वधेगी तां एक 47 है जिहड़ा, इहदे विच आपां 27 जोड़ के देखदे हां, 7 7 14, 4 2 6 एक 7 जिहड़ा आंसर आया। हाँ जी, आपां 27 जोड़े तां 47 दा 74 बन गया, अंकां ने स्थान बदल लिया ना, पिछे वाला अगे हो गया, अगे वाला पिछे हो गया, इहदा मतलब यही अपना आंसर बनना चाहिए है। होर किसी भी केस दे विच संख्या दे विच 27 जोड़े ते जिहड़ी संख्या है हुणे 65 है, इस तों घट के 56 तां बन नहीं सकती, जोड़े ते घट तां सकती नहीं, 92 दा बन सकता है, 29 जेकर अंकां दा स्थान बदलीए, पर 92 च 27 जोड़े ते इह तां वधेगी, 29 तां हो ही नहीं सकती, सो इत्थों अपने कोल डायरैक्ट ही पहली ऑप्शन तो आंसर बन रहा है, कुछ सोल्व करके देखने की लोड़ नहीं पई इस क्वेश्चन दे विच। अगे 159th क्वेश्चन पर आने, हाँ जी, यदा जो रूट है ये इक्वल है, यदि वैल्यू ये इक्वल है, तो यदि वैल्यू ये इक्वल है, एक्स वाई जैड लभ के ये भर के उतों आप वैल्यू क्ढनी है। हाँ जी, आप फैक्टराइज करा 2048, पहला तो इतने देखते हैं 2048 का जोड़ा रूट है वह इक्वल दिता हुआ है रूट ऑफ 2x के, दोनों पास रूट छड़ सकते हैं आप 2048 2 की पावर x। हाँ जी, ये जो फैक्टर बनावे आप प्राइम फैक्टर्स यानी कि भाज गुणखंड, तो यह अपने को बन जाएंगे 2 की पावर 11, जो इन 2 से डिवाइड करी जावे तो 11 बार 2 से डिवाइड होएगा, यह 2 की पावर 11, तो दूजे पास 2 की पावर x, तो यदा मतलब एक्स आ गया अपने कोल 11, पहली वैल्यू आ गई। फिर आप
इस तरह दूजे केस दे विच अपने को आ जाएगा 2187 किस दे इक्वल 3 दी पावर y दे इक्वल इनू 3 ते डिवाइड करना शुरू करांगे तो इहदे विच अपने को 3 दी पावर 7 आ जाएगी। यह इहदे प्राइम फैक्टर दे विच 3 7 बार आएगा, सो 3 रेज़ टू पावर 7 इज इक्वल टू 3 रेज़ टू पावर y, बेस सेम ने तो पावर्स इक्वल हो जाएगियां, y आ जाएगा अपने को 7 इत्थों। हाँ जी अगे अपने को है 3125, सो 3125 बन जाएगा 5 रेज टू पावर z दे इक्वल, 3125 नू जदों फैक्टराइज़ करांगे तां इहदे विच 5 दी पावर 5 आ जाएगा अपने को, ते उधर 5 दी पावर z, ते इहदा मतलब z किहदे इक्वल हो जाएगा पावर सेम करके z 5 दे इक्वल हो जाएगा। सो z आ गया, y आ गया, x आ गया, तां इहदे विच वैल्यू भरदे हां, x प्लस y यानी 11 प्लस 7 माइनस z विच इज 5, 11 7 18 माइनस 5 13 बनेगा इसका आंसर, जो कि पे अपने को तीजी ऑप्शन दे विच। हाँ जी अगे आने लास्ट क्वेश्चन ते मैथ दे पार्ट दे, इना दे विचों y दी वैल्यू इन टर्म्स ऑफ x आपां कढ़नी है, इक्वेशन दित्ती हुई है, क्रॉस मल्टीप्लाई करांगे तो इनू 9 नाल मल्टीप्लाई करांगे तो अपने को इस साइड ते आ जाएगा 9 इंटू 3 करके 27x, फिर 9 4 36 वाई, फिर 9 3 27 माइनस, पे दूसरी साइड ते माइनस दे 21 एक्स, फिर प्लस 28 वाई, फिर माइनस दे 49। हाँ जी अपना y एक साइड ते करना है क्योंकि y इन टर्म्स ऑफ x कढ़ना है, सो अपां y वाली इन टर्म्स एक साइड ते करते हैं तो अपने को आ जाएगा 36y माइनस 28y इक्वल टू माइनस 21x, आह इधर जाएंगे माइनस दे 27x माइनस दे 49, आह उधर जाके प्लस दे 27, तो इतों 8y इक्वल टू हाँ जी माइनस दे 48x ते माइनस दे आ जाएंगे अपने को 22, तो y आ जाएगा अपने को माइनस दे 48x माइनस दे 22 ओवर 8, 2 कॉमन कर सकते हो को आपां 2 ते इत्थे आ जाएगा माइनस दे 24x माइनस दे 11 ओवर 8, कटिंग हो जाएगी 4 इधर y, सो माइनस दे 24x माइनस दे 11 ओवर 4, माइनस दे 24x माइनस दे 11 ओवर 4, सो पहली ऑप्शन इस दे लई सही आंसर है अपने कोल। सो स्टूडेंट्स इस दे नाल ही तुहाडे 2019 दे पेपर दे विचों मैथ वाले पोर्शन दा सोल्यूशन हुंदा कंप्लीट। मैनूं उम्मीद है जो अज आपां इह क्वेश्चंस डिस्कस कीते ने तुहानूं चंगी तरह समझ आ गए होणगे, फिर भी कोई प्रॉब्लम होए तो तुसीं मैनूं कमेंट करके या व्हाट्सएप दे थ्रू पूछ सकते हो। वीडियो चंगी लगी होए तां इस नूं लाइक करना ते अपने होर फ्रेंड्स ते स्टूडेंट्स दे नाल शेयर जरूर करना, ते वीडियो नूं लास्ट तक देखण लई तुहाडा सारिआं दा थैंक्स।